ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵੇਰ ਦਾ ਵਿਊ ਪਿੰਡ ਦਾ ਜਿਹੜਾ ਤੁਹਾਨੂੰ ਪਤਾ ਹੀ ਹੈ ਸਰਾਇ ਹੁੰਦਾ। ਆ ਜਾ ਆ ਜਾ ਆ ਜਾ ਆ ਜਾ, ਪਿੱਛੇ ਰਹਿ ਗਿਆ ਤੂੰ। ਹਾਂਜੀ ਮਿੱਤਰੋ, ਤੁਹਾਡੇ ਨਾਲ ਇੱਕ ਜਾਣਕਾਰੀ ਸ਼ੇਅਰ ਕਰਨੀ ਸੀ। ਆਪਾਂ ਤਾਂ ਚਲੋ ਜਿਹੜੇ ਕੰਮ ਕਾਰ ਕਰਦੇ ਹਾਂ ਬਲੌਗ 'ਚ ਦਿਹਾੜੀ 'ਚ ਦਿਖਾਈ ਦਿੰਦੇ ਹਾਂ, ਅਤੇ ਹੁਣ ਤੁਹਾਨੂੰ ਕੁਛ ਇੱਦਾਂ ਦਾ ਪੱਖ ਦਿਖਾਇਆ ਜਾਊਗਾ ਬਲੌਗ ਦੇ ਵਿੱਚ, ਕੈਨੇਡਾ 'ਚ ਕਹਿੰਦੇ ਐਸ਼ ਤਾਂ ਸਾਰੇ ਕਰਦੇ ਆ ਪਰ ਕੰਮ ਕਰਦਾ ਕੋਈ ਨਹੀਂ ਦਿਖਾਉਂਦਾ, ਹੈ ਨਾ। ਜਿੱਦਾਂ ਸ਼ਿਫਟਾਂ ਲਾਉਂਦੇ ਆ, ਹਾਰਡਵਰਕ ਕਰਦੇ ਆ, ਸਾਰੀਆਂ ਚੀਜ਼ਾਂ, ਅਤੇ ਇਹ ਚੀਜ਼ਾਂ ਆਪਾਂ ਦਿਖਾਉਣੀਆਂ। ਮੇਰਾ ਮਿੱਤਰ ਆ, ਉਹਦੇ ਕੋਲੋਂ ਆਪਾਂ ਕਲਿੱਪਾਂ ਮੰਗਾਇਆ ਕਰਨੀਆਂ, ਅਤੇ ਉਹ ਹੈਗਾ ਕੌਣ ਆ ਤੁਹਾਨੂੰ ਪਤਾ ਲੱਗ ਜਾਣਾ। ਪਹਿਲਾਂ ਮਹੀਨਾ ਉਹੀ ਹੁੰਦਾ ਸੀ, ਹੁਣ ਚਲ ਗਿਆ ਬਾਹਰ, ਅਤੇ ਦਸੰਬਰ 'ਚ ਸਾਲ ਹੋਇਆ ਉਹਨੂੰ ਗਏ ਨੂੰ। ਬਹੁਤ ਵਧੀਆ ਮਿਹਨਤ ਕਰਦਾ ਮੁੰਡਾ, ਸਾਰੇ ਕਹਿੰਦੇ ਸੀ ਉਹ ਤੋਂ ਕੁਛ ਨਹੀਂ ਹੋਣਾ, ਫਲਾਨਾ ਟੀਂ ਜੇਬ, ਸਾਰਿਆਂ ਨੇ ਸਿੱਕ ਦੇ ਪੇਪਰ ਲਾਇਆ ਅਗਲੇ ਨੇ। ਥੋੜ੍ਹੇ ਚਿਰ 'ਚ ਬਹੁਤ ਵਧੀਆ ਕੰਮ ਖਿੱਚਤਾ, ਅਤੇ ਹੁਣ ਉਹਦੀਆਂ ਕਲਿੱਪਾਂ ਹੀ ਨਾਲ ਨਾਲ ਦਿਖਾਵਾਂਗੇ ਵੀ ਕੈਨੇਡਾ 'ਚ ਕੰਮ ਹੁੰਦਾ ਕਿੱਦਾਂ, ਅਤੇ ਕੈਨੇਡਾ ਜਾ ਕੇ ਕੰਮ ਕਰਨਾ ਹੀ ਪੈਂਦਾ, ਵਿਹਲਿਆਂ ਦੀ ਸਰਨੀ ਨਹੀਂ। ਅਤੇ ਇੱਕ ਉਹਨਾਂ ਲਈ ਵੀ ਇਹ ਚੀਜ਼ ਹੋਣੀ ਆ ਵੀ ਜਿਹੜੇ ਕਹਿੰਦੇ ਸੀ ਵੀ ਜੀਤੇ ਹੋਣਾ ਕੋਈ ਕੰਮ ਨਹੀਂ ਹੋਣਾ, ਅਤੇ ਜੀਤੇ ਹੁਣੀ ਕੰਮ ਖਿੱਚਿਆ ਪਿਆ। ਇਹਦਾ ਦਿਖਾਲਦੇ ਹਾਂ ਕਲਿੱਪਾਂ ਦੇ ਵਿੱਚ, ਪਿਛਲੀ ਜਿਹੜੀ ਵਲੌਗ ਪਾਇਆ ਮੈਂ ਉਹਦੇ ਵਿੱਚ ਵੀ ਕਲਿੱਪਾਂ ਥੋੜ੍ਹੀਆਂ ਜਿਹੀਆਂ ਐਡ ਕੀਤੀਆਂ, ਰੈਂਡਮਲੀ ਸੀਗੀਆਂ, ਮੈਂ ਉਹ ਤੋਂ ਮੰਗਾਈਆਂ ਸੀਗੀਆਂ ਵਾਲੀਆਂ, ਅਤੇ ਉਹੀ ਥੋੜ੍ਹੀਆਂ ਜਿਹੀਆਂ ਲਾਈਆਂ ਕੰਮ ਕਰਦੇ ਦੀਆਂ। ਬਾਕੀ ਉੱਧਰਲਾ ਵੀ ਥੋੜ੍ਹਾ ਥੋੜ੍ਹਾ ਤੁਹਾਨੂੰ ਪੱਖ ਹੈ ਜਿਹੜਾ ਕੈਨੇਡਾ ਦਾ ਵੀ ਉਹ ਦਿਖਾਵਾਂਗੇ ਨਾਲ ਨਾਲ, ਠੀਕ ਹੈ ਜੀ। ਚਲੋ ਮਿਲਦੇ ਹਾਂ ਅੱਗੇ। ਬਹੁਤ ਜ਼ਿਆਦਾ ਜਦੋਂ ਜ਼ਹਿਰ ਹੋ ਰਹੀ ਆ, ਪਰ ਸਾਡੇ ਕੋਲ ਬੰਗਲਾ ਜਿਹੜਾ ਉੱਡਦਾ ਨਹੀਂ ਪਿਆ, ਫੇਲ ਆ ਤੂੰ ਏ, ਤੇਰੀ ਕੁੱਤੇ ਦੀ ਕੈਟਾਗਰੀ ਫੇਲ ਆ, ਆਹ ਥੂ ਤੇਰੇ ਦੇ ਉਹ ਤੇ ਉੜ ਗਿਆ ਉੜ ਗਿਆ ਉੜ ਗਿਆ, ਉੜਾਤਾ ਉੜਾਤਾ ਹੈ ਉੜਾਤਾ। ਟੋਫੀ ਇੱਧਰ ਮੂੰਹ ਕਰ, ਓਏ ਓਏ ਟੋਫੀ, ਓ ਉੜਾਤਾ ਵੀ ਉੜਾਤਾ, ਹਾਂ ਹਾਂ ਇੱਧਰ ਦੇਖ ਓਏ ਟੋਫੀ। ਇਗਨੋਰ ਬਹੁਤ ਮਾਰਦਾ ਇੱਕ ਤਾਂ ਇਹ ਭਰਾਵਾ ਸਵੇਰੇ ਸਵੇਰੇ ਉੱਠ ਕੇ ਜੀ। ਸਤਿ ਸ਼੍ਰੀ ਅਕਾਲ ਜੀ। ਚੱਲ ਆ ਡਰਾਈਵਰ ਦੇ ਲਓ, ਸਾਡਾ ਹੈਲਮਟ ਲੈ ਕੇ ਨਹੀਂ ਬੈਠਾ, ਜਿਹੜਾ ਪਿੱਛੇ ਪਲੀਨ ਬੈਠਾ ਉਹਨੇ ਹੈਲਮਟ ਲਿਆ। ਮੂੰਹ ਕਰ ਇੱਧਰ ਨੂੰ, ਇਹ ਹੈ ਨਾ ਝੱਗਾ ਪਾ ਕੇ ਆਇਆ, ਉੱਥੇ ਦੋ ਰੋਟੀਆਂ ਨਾਲ ਲਵੇੜ ਕੇ ਨਾ ਬੈਠਾ। ਮੈਂ ਕਿਹਾ ਝੱਗਾ ਸਾਫ ਹੀ ਪਾਇਆ, ਕਹਿੰਦੇ ਸੋਹਣਾ ਲੱਗਦਾ, ਉਹ ਮੈਂ ਕਿਹਾ ਸਾਰੇ ਗੰਦਾ ਹੋਇਆ ਦੇ ਤਾਂ ਲੈ, ਉਹ ਕਹਿੰਦੇ ਪਤਾ ਹੀ ਨਹੀਂ ਲੱਗਾ। ਇੱਧਰ ਤੇ ਚੈਨ ਚੂਨ ਲਾ ਕੇ ਭੱਜਦੇ ਹੁੰਦੇ, ਜਿਹਦੇ ਪਿੱਛੇ ਹੈਲਮਟ ਲਿਆ ਨਾ ਮੋਹ ਲਾ ਉਦੇ ਬੈਠਾ ਹੁੰਦਾ। ਚੱਕ ਲੈ ਤੇਰਾ ਕੀ ਨਾਮ ਆ? ਹੈਲੋ, ਓ ਹੈਲੋ, ਕੀ ਨਾਮ ਤੇਰਾ? ਅਜੋਤ ਸਿੰਘ। ਬੰਦਾ ਬੰਦਾ ਜਦੋਂ ਸਹੁਰਿਆਂ ਨਹੀਂ ਆਉਂਦਾ ਇੰਨਾ ਖੁਸ਼ ਕਾਹਤੇ ਹੁੰਦਾ? ਹੈਲੋ, ਉਹ ਬੋਰਡਰ ਦਾ ਪਿੰਡ ਤੇਜ਼ ਕਰਨਾ ਵਾ ਅੱਜ, ਉਦੋਂ ਬਾਅਦ 'ਚ ਆਪਾਂ ਸਰਵਿਸ ਕਰਾ ਕੇ ਲਿਆਉਂਦੇ ਹਾਂ। ਮੈਂ ਤੇਲ ਪਾਇਆ ਕੱਲ੍ਹ ਲਿਆ ਕੇ ਵਿੱਚ, ਆਹ ਤੁਸੀਂ ਸਾਰੇ ਦੇਖ ਸਕਦੇ ਆ, ਲੰਗਰ ਲੱਗੇ ਹੋਏ ਆ, ਸ਼ਿਵੀਲ ਦਾ ਲੰਗਰ ਲੱਗਾ ਹੋਇਆ ਦੇਖੋ ਸਾਰਾ। ਨਹੀਂ ਨਹੀਂ ਚਲੋ ਜੀ, ਚੱਲਦੇ ਚਲੋ, ਆਜੋ 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 ਆਜੋ। ਆਹ ਕਿਹੜੀ ਗੱਡੀ? ਰੂਪੀ ਕੁਮਾਰ ਬਣਾਈ ਆ।
पर है नहीं है ऑफ रोड नहीं नहीं रूबीकॉन थोड़ी थी जब सी पुरानी रूबीकॉन बनाई बहुत संग दी आ रही अज भी अच्छा इधर भी राह है चलो वाहेगुरु जी आगे तो फड़ के ले आंदा नहीं 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 मेनू लगता नहीं लो जी शॉर्टकट मार लिया जे शॉर्टकट सही ना होया फिर असि इहदे छड्डनी जे शॉर्टकट ते मार लिया मुड़ के इहदे मार दियां आउण दे यार पैंडरे विच जाके निकलनी जगह ये बचारे विच निकलनी मेनू पता ए गलत है ओ उत्थों मोड़ी सी गां तो ओ रोड सीगा ओ ये आणा मेरा वापस देखी इहनां नूं ये ओ रोड सी जिहड़ा कहिंदा सी हां जगह परे रह जा रही है जी आप तकरीबन पहुंच ही गए हले पिंड च है ना आप चल के काफी बाट जानी पैनी है पेंड मेन कि बचता नजारा ना आहा तो बड़ा बेकू तो सब तो बड़ा समझदार पार्किंग गां भी हैगी इन्हें पकौड़िया की ज्यादा जल्दी नहीं हो थे मोहरे तुरे जाता चला चला के भुख लवाती हाँ जी प्रदीप सिंह जी की विचार नहीं इधर कॉपीराइट आया ना यार आ गाने ते तू कट करा ले तू देना मेरे को मैं दादा तू आ गया
ਕੀ ਦੋਸਤੋ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦਾ। ਇਹ ਕਿਸੇ ਫਾਰਮਰ ਦਾ ਮਤਲਬ ਕਿ ਪ੍ਰੋਜੈਕਟ ਆ ਇਹ ਜੀ। ਆ ਦੇਖੋ ਇੱਥੇ ਲਿਖਿਆ ਫਾਰਮ ਫਰੈਸ਼ ਐਗਸ, ਮਤਲਬ ਇੱਥੇ ਕੋਈ ਦੁਕਾਨਦਾਰ ਨਹੀਂ, ਕੋਈ ਕੁਛ ਨਹੀਂ ਹੈਗਾ, ਸਾਰਾ ਕੁਛ ਇੱਥੇ ਹੀ ਗੱਲਾ ਲੱਗਾ, ਸਾਰਾ ਕੁਛ ਇੱਥੇ ਹੀ ਆ। ਜੇ ਤੁਸੀਂ ਕੋਈ ਵੀ ਚੀਜ਼ ਖਰੀਦਣੀ ਆ, ਇੰਨੀ ਇਮਾਨਦਾਰੀ ਹੈ ਨਾ ਇਹਨਾਂ ਲੋਕਾਂ ਦੇ ਵਿੱਚ, ਇੱਥੇ ਕੋਈ ਬੰਦਾ ਨਹੀਂ ਹੈਗਾ। ਜਿਹੜੀ ਮਰਜ਼ੀ ਚੀਜ਼ ਚੱਕ ਕੇ ਤੁਸੀਂ ਆਪੇ ਇੱਥੇ ਉਹ ਗੱਲਾ ਪਿਆ ਆਉਂਦੇ ਉੱਥੇ ਪੈਸੇ ਰੱਖ ਦਿਉ ਅਤੇ ਮਤਲਬ ਜਿਹੜੀ ਚੀਜ਼ ਲਿਜਾਣੀ ਹੈ ਲੈ ਜਾਓ, ਹੈ ਨਾ। ਅਤੇ ਜੇ ਆਪਣੇ ਮਤਲਬ ਕਿ ਚਲੋ ਆਪਣਾ ਦੇਸ਼ ਇੰਨਾ ਮਾੜਾ ਨਹੀਂ ਹੈ, ਪਰ ਫਿਰ ਵੀ ਕੁਛ ਕੁ ਲੋਕਾਂ ਕਰਕੇ, ਕੁਛ ਕੁ ਲੋਕਾਂ ਕਰਕੇ ਇਹ ਚੀਜ਼ਾਂ ਆਪਾਂ ਨੂੰ ਫੇਸ ਕਰਨੀਆਂ ਪੈ ਰਹੀਆਂ। ਦੇਖੋ ਹੈਂ, ਆਪਣੇ ਇੱਦਾਂ ਦੇਸ਼ ਦੇ ਵਿੱਚ ਆਪਾਂ ਰੱਖ ਨਹੀਂ ਸਕਦੇ ਕਿ ਕੋਈ ਇੱਦੀ ਮਤਲਬ ਬਿਨਾਂ ਬੰਦੇ ਤੋਂ ਕੋਈ ਦੁਕਾਨਦਾਰੀ ਕਰ ਹੀ ਨਹੀਂ ਸਕਦਾ। ਦੇਖੋ ਜਿਵੇਂ ਉਹ ਟਮਾਟਰ ਪਏ ਨੇ, ਕੀ ਸਬਜ਼ੀਆਂ ਪਈਆਂ ਨੇ, ਕੀ ਸਾਰਾ ਰੇਟ ਲੱਗਾ ਆ, ਉਹ ਜਿਸ ਹਿਸਾਬ ਨਾਲ ਤੁਸੀਂ ਲੈਣਾ ਇਹਦੇ ਵਿੱਚ ਪਾ ਦਿਓ, ਜੇ ਤੁਹਾਨੂੰ ਤੁਹਾਡੇ ਚੇਂਜ ਚਾਹੀਦੀ ਆ ਉਹ ਵੀ ਸਾਰਾ ਕੁਛ ਰੱਖਿਆ ਮਤਲਬ, ਹੈ ਨਾ। ਦੇਖ ਲਓ ਕੋਈ ਬੰਦਾ ਨਹੀਂ, ਕੋਈ ਬੰਦਾ ਨਹੀਂ। ਇਹਨੂੰ ਕਹਿੰਦੇ ਇਮਾਨਦਾਰੀ, ਇਹ ਇਮਾਨਦਾਰੀ ਹੁੰਦੀ ਹੈ ਜੀ ਵਾਕਈ। ਦੇਖੋ ਵੀ ਤਦੇ ਕਹਿੰਦੇ ਨਹੀਂ ਨਾ, ਰੱਬ ਵੀ ਉੱਥੇ ਵੱਸਦਾ ਜਿੱਥੇ ਇਮਾਨਦਾਰੀ ਹੋਵੇ, ਹੈਂ। ਅਤੇ ਇੱਥੇ ਮੌਸਮ ਵੀ ਵਧੀਆ ਹੈ ਅਤੇ ਵੈਦਰ ਵੀ ਵਧੀਆ ਹੈ, ਸਮੇਂ ਸਿਰ ਮੀਂਹ ਪੈਂਦੇ ਸਮੇਂ ਸਿਰ, ਸਾਰਾ ਕੁਛ ਕਿਉਂ ਏਸੀ ਕਰਕੇ, ਕਿਉਂਕਿ ਕੁਦਰਤ ਨੂੰ ਇਹਨਾਂ ਨੇ ਸਾਂਭ ਕੇ ਰੱਖਿਆ ਹੋਇਆ। ਅਤੇ ਸਭ ਤੋਂ ਵੱਡੀ ਇਮਾਨਦਾਰੀ, ਇਮਾਨਦਾਰੀ ਗੁਰੂ ਘਰਾਂ ਦੇ ਵਿੱਚ ਜਾ ਕੇ ਨਹੀਂ ਹੁੰਦੀ, ਇਹ ਲੋਕ ਗੁਰੂ ਘਰਾਂ 'ਚ ਥੋੜ੍ਹੀ ਜਾਂਦੇ ਨੇ, ਇਹ ਚੀਜ਼ ਨੂੰ ਇਮਾਨਦਾਰੀ ਮੰਨਿਆ ਜਾਂਦਾ ਆਪਣੇ ਨੂੰ। ਇਹ ਦੇਖ ਲਓ ਗੋਰਿਆਂ ਕੋਲ ਆਮ ਹੀ ਆ, ਕਿੱਥੇ ਇਹ ਪਹੁੰਚੇ ਹੋਏ ਬੰਦੇ ਹੈ ਦੇਖ ਲਓ। ਇਹ ਜਿੱਦਾਂ ਪਿੰਡ ਜਿਹਾ 'ਚ ਆਵੇ ਕਿਤੇ, ਛੋਟੇ ਛੋਟੇ ਜਿਹਾ ਘਰ ਆ ਇਹ, ਇਹਦੇ ਲੋ ਆਮ ਹੀ ਆ ਸਾਡੇ। ਆਪਾਂ ਦੇਖ ਲਓ ਬੁਲਟ ਮੋਟਰਸਾਈਕਲ ਲੈ ਆਈਏ ਉਹੀ ਮਤਲਬ ਕਿ ਬੜਾ ਆਪਾਂ ਕਰਦੇ ਨਾ, ਇਹਨਾਂ ਕੋਲ ਆਹ ਚੀਜ਼ਾਂ ਹੀ ਆਮ ਤੁਰੀਆਂ ਫਿਰਦੀਆਂ। ਬੜੇ ਸ਼ੌਕੀਨ ਆ ਇਹ, ਇਹਨਾਂ ਨੂੰ ਕੋਈ ਡਰ ਨਹੀਂ, ਕੋਈ ਡੁੱਕਰ ਨਹੀਂ ਇੱਦਾਂ ਦਾ। ਜਦੋਂ ਇਹ ਭਜਾਉਂਦੇ ਨਾ ਪਾਣੀ ਦੇ ਵਿੱਚ, ਬੜੀ ਸਪੀਡ ਜੀ ਹੁੰਦੀ ਹੈ, ਮੈਂ ਦਿਖਾਊਂਗਾ ਉਹ ਵੀ ਅੱਗੇ। ਅਤੇ ਇਹ ਜਿੱਥੇ ਜਿਹੜੇ ਮੈਂ ਪਿੰਡ 'ਚ ਆਇਆ ਉਹਦੇ ਲਾਗੇ ਇਹੀ ਚੀਜ਼ਾਂ ਹੀ ਆ। ਦੇਖੋ ਮਤਲਬ ਕਿ ਛੋਟੇ ਛੋਟੇ ਜਿਹੇ ਘਰ ਆ, ਜਿੱਦਾਂ ਸਬਜ਼ੀਆਂ ਸੁਬਜ਼ੀਆਂ ਮੂਹਰੇ ਬੀਜੀਆਂ ਹੋਈਆਂ ਇਹਨੇ, ਹੋਰ ਵੀ ਲਟਰਮ ਪਟਰਮ ਬਹੁਤ ਜਗਾੜਮੈਂਟ ਕੀਤਾ, ਪਰ ਇਹ ਕੁਦਰਤ ਨੂੰ ਨਹੀਂ ਛੇੜਛਾਨੀ ਕਰਦੇ। ਜਿੱਦਾਂ ਜੰਗਲ ਜੁੰਗਲ ਇੱਧਰ ਆਮ ਹੀ ਆ ਸਾਰਾ ਕੁਛ। ਹਾਂਜੀ ਹਾਂਜੀ, ਮੈਂ ਸਪੈਸ਼ਲ ਰੁਕਿਆ ਇੱਥੇ, ਉੱਦਾਂ ਮੇਰਾ ਸਟੋਪ ਥੋੜ੍ਹਾ ਜਿਹਾ ਅੱਗੇ ਆ ਜਾ ਕੇ ਲਾਉਣਾ ਮੈਂ, ਅਤੇ ਮੈਂ ਸਪੈਸ਼ਲ ਰੁਕਿਆ। ਜਿੱਦਾਂ ਨਾ ਸਾਡੇ ਉੱਥੇ ਕੋਈ ਕਹਿੰਦਾ ਜੀ ਮੇਰੇ ਕੋਲ ਮੋਟਰਸਾਈਕਲ ਹੈਗਾ 500 cc ਜੀ, ਕਿਸੇ ਕੋਲ ਜੀ ਕਿੰਨੇ cc, ਆਹ ਦੇਖੋ ਕਿੰਨੇ cc, ਤਕੜੇ ਤਕੜੇ ਮੋਟਰਸਾਈਕਲ ਖੜ੍ਹੇ ਕਿ ਨਹੀਂ, ਹੈ ਨਾ। ਇਹਨੂੰ ਕਹਿੰਦੇ ਗੱਲਬਾਤ। ਤੁਹਾਨੂੰ ਨਾ ਅੱਜ ਇੱਕ ਸਪੈਸ਼ਲ ਚੀਜ਼ ਦਿਖਾਉਂਦੇ, ਮੈਂ ਸਪੈਸ਼ਲ ਰੁਕਿਆ ਇਸ ਚੀਜ਼ ਦੇ ਲਈ, ਲਿਆ ਤਾਂ ਮੈਂ ਤਾਂ ਰਿਸਕ ਹੀ ਆ ਅਤੇ ਰੁਕ ਨਹੀਂ ਸਕਦੇ, ਪਰ ਦੇਖੋ ਕੁਦਰਤ, ਕੁਦਰਤ ਦਾ ਨਜ਼ਾਰਾ ਦੇਖੋ, ਬਤਕਾਂ ਦੇਖੋ ਕਿਆ ਹੈ ਇਹ। ਕੋਈ ਇਹ ਨਹੀਂ ਕਿ ਸਪੈਸ਼ਲ ਬਣਾਇਆ ਗਿਆ, ਕੁਦਰਤ ਵੱਲੋਂ ਹੀ ਇਹ ਚੀਜ਼ ਹੈ। ਕੁਦਰਤ ਉੱਥੇ ਹੀ ਹੁੰਦੀ ਹੈ ਜੀ ਜਿੱਥੇ, ਕਿਆ ਅਜਮ ਨਜ਼ਾਰਾ ਕੁਦਰਤ ਦਾ ਦੇਖੋ ਜੀ, ਕਿਆ ਅਜਮ ਨਜ਼ਾਰਾ ਲਓ। ਹਾਂਜੀ, ਜਿਵੇਂ ਕਿ ਤੁਹਾਨੂੰ ਮੈਂ ਇੱਕ ਅਜਮ ਨਜ਼ਾਰਾ ਦਿਖਾਉਂਦਾ, ਤੁਸੀਂ ਕਹਿੰਦੇ ਹੁਣ ਇਹ ਕੰਮ ਕੁੰਮ ਤਾਂ ਲੱਗਦਾ ਘਰਦਾ ਨਹੀਂ, ਕੰਮ ਘੁੰਮਦਾ ਹੀ ਫਿਰਦਾ, ਕਿਉਂਕਿ ਆਪਣਾ ਕੰਮ ਹੀ ਇੱਦਾਂ ਦਾ ਜੀ। ਦੇਖੋ ਜੀ ਆ ਹੈਗੀ ਬੀਚ, ਇੱਥੇ ਨਜ਼ਾਰੇ ਵਾਧੂ ਨਜ਼ਾਰੇ, ਲੇਕ ਕਹਿ ਲਓ, ਬੀਚ ਵੀ ਨਹੀਂ ਲੇਕ ਕਹਿ ਲਓ। ਇੱਥੇ ਜਿੱਦਾਂ ਛਿੱਪਾਂ ਛੁੱਪਾਂ ਤੁਹਾਨੂੰ ਮੈਂ ਪਿੱਛੇ ਦਿਖਾ ਇਹਨਾਂ ਚੱਲਦੀਆਂ, ਬੜਾ ਐਟਮ ਲੱਗਦੀ ਜੀ ਇੱਥੇ, ਬਾਹਲੀ ਗੱਲਬਾਤ ਆ। ਹੋਰ ਵੀ ਅੱਗੇ ਦਿਖਾਉਂਦਾ ਤੁਹਾਨੂੰ ਮੈਂ ਸਿਸਟਮ, ਗੋਰੇ ਨਹਾਉਂਦੇ ਨਹਾਉਂਦੇ ਜੋ ਵੀ ਆਪਣੇ ਇੱਥੇ ਬਹੁਤ ਐਟਮ ਲੱਗਦੀ। ਮਤਲਬ ਕਿ ਇਹ ਨਹੀਂ ਕਿ ਇਹਨਾਂ ਨੇ ਆਪ ਬਣਾਈ ਆ, ਇਹ ਕੁਦਰਤ ਵੱਲੋਂ, ਜਿੱਦਾਂ ਆਪਣੇ ਚੰਡੀਗੜ੍ਹ ਕਹਿੰਦੇ ਨਹੀਂ, ਕਿਹੜੀ ਬੰਦਾ ਨਾਂ ਨਹੀਂ ਲੈਣਾ ਉਹਦਾ, ਲੇ ਗਿਆ ਉਹ ਵਾਹ ਨਹੀਂ, ਪਾਣੀ ਨੂੰ ਸਾਂਭ ਕੇ ਰੱਖਿਆ ਹੋਇਆ, ਦੇਖ ਲਓ ਐਨ ਸਾਫ ਪਾਣੀ, ਕੋਈ ਇਹ ਨਹੀਂ ਕਿ ਕੋਈ ਗੰਦ ਪਾਇਆ, ਹੈ ਨਾ, ਜਾਂ ਕੁਛ ਵੀ ਲਾ ਲਓ ਆਪਣੇ ਹੁੰਦਾ। ਹੁਣ ਨੂੰ ਇਹਦੇ ਵਿੱਚ ਲਲੇਰ ਤਾਰ ਤਾਰ ਕੇ, ਕਿਸੇ ਬਾਬੇ ਨੇ ਕਹਿ ਦੇਣਾ ਸੀ, ਕਿਸੇ ਨੇ ਕਹਿ ਦੇਣਾ ਸੀ, ਹੁਣ ਇਹਨੇ ਕਿਸ਼ਤੀ ਤਾਰ ਦੇਣੀ ਵਿੱਚ, ਆਹ ਇਹਨੀ ਪੂਰਾ ਦੌੜ ਦੜਾਈਆ ਕਰਨਾ ਇਹਦੇ ਵਿੱਚ। ਹਾਂਜੀ, ਮਤਲਬ ਵੇਲੇ ਛੋਟੀ ਜਿਹੀ ਹੈ ਕੋਈ, ਇਹ ਖਾਸ ਨਹੀਂ ਕੋਈ, ਇਹ ਮਤਲਬ ਕਿ ਇੱਕ ਪਿੰਡ ਜਿਹੀ ਆ ਇਹ, ਜਿਹੜੀਆਂ ਮਤਲਬ ਜਿਹੜੀਆਂ ਖਾਸ ਆ ਉਹ ਦੇਖ ਲਓ ਕਿੰਨੀਆਂ ਘੈਂਟ ਹੋਣੀਆਂ, ਲਿਆ ਦੇਖ ਲਓ ਜੀ, ਬੜੀ ਗੱਲਬਾਤ ਹੈ। ਕਮਾਈਆਂ ਚਲੋ ਮਿਹਨਤਾਂ ਤਾਂ ਕਰਨੀਆਂ ਪੈਂਦੀਆਂ, ਪਰ ਇਹਨਾਂ ਨੇ ਇਹਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ, ਤਾਂ ਤਦੇ ਆਪਣੇ ਬੰਦੇ ਇੱਧਰ ਨੂੰ ਭੱਜ ਰਹੇ ਆ, ਹੋਰ ਕੋਈ ਚੱਕਰ ਨਹੀਂ। ਦੇਖ ਲਓ ਮਤਲਬ
ਐ ਦੇਖ ਲਓ ਪਾਣੀ ਦੇਖ ਲਓ ਚਮਕਦਾ ਕਿ ਨਹੀਂ ਪੂਰਾ ਜੇ ਸਾਡੇ ਇੱਦਾਂ ਹੁੰਦੀ ਤਾਂ ਸਾਨੂੰ ਮੈਂ ਕਹਿਣਾ ਕਿਸੇ ਬਾਬੇ ਨੇ ਕੋਈ ਕਿਸੇ ਨੇ ਕਹਿ ਕੇ ਕਹਿਣਾ ਸੀ ਜੀ ਉਹ ਫਲਾਨੀ ਲੇਖ ਦੇ ਵਿੱਚ ਲਲੇਰ ਧਾਰਿਆ ਇਹ ਮੁੰਡਾ ਅਮਰੀਕਾ ਜਾਂ ਕਨੇਡਾ ਚੱਲ ਜੂਗਾ ਹੈ ਦੇਖ ਲਓ ਅਤੇ ਇਹ ਦੇਖ ਲਓ ਇਹ ਨਜ਼ਾਰੇ ਲੈਣ ਡਿਆ ਪੂਰੇ ਇੱਥੇ ਕੋਈ ਮਤਲਬ ਸਾਂਭ ਕੇ ਰੱਖਿਆ ਪਾਣੀ ਉਹ ਦੇਖ ਲਓ ਕੋਈ ਡਰ ਨਹੀਂ ਆਪਣੇ ਤਾਂ ਪਹਿਲੀ ਗੱਲ ਫਰਕ ਇਹ ਆ ਸਾਡੇ ਜੇ ਕੋਈ ਜਵਾਕ ਆ ਤੇਰਾ ਫੁੱਫੜਾ ਤੇਰੀ ਮਾਮਾ ਤੇਰਾ ਮਾਸੀ ਉਹਨੂੰ ਚੱਕਣਾ ਸਿਖਾਉਣਗੇ ਉਹਨੂੰ ਜੀ ਉਹਨੂੰ ਹੋਰ ਹੀ ਐਟਮਾਂ ਲਾਈ ਇਹ ਦੇਖ ਲਓ ਗੋਰੇ ਇਹਨਾਂ ਦੇ ਛੋਟੇ ਛੋਟੇ ਨਿਆਣੇ ਇਹਨਾਂ ਦੇ ਵਿੱਚ ਮਤਲਬ ਕਿ ਤੈਰ ਸਕਦੇ ਪਾਣੀ ਦੇ ਵਿੱਚ ਹੈ ਇਹਨਾਂ ਨੂੰ ਸਿਖਾਉਂਦੇ ਆ ਇਹ ਆਪਣੇ ਇੰਨੇ ਡੂੰਘੇ ਪਾਣੀ 'ਚ ਕਦੇ ਮੈਂ ਕਹਿੰਦਾ ਦੂਰ ਅਸੀਂ ਦੇਖੀਦਾ ਨਾ ਦਰਿਆ ਦੇ ਜਦੋਂ ਕੋਈ ਜਾਂਦਾ ਤਾਂ ਉਹ ਦੂਰ ਹੀ ਖੜ੍ਹਾ ਮਤਲਬ ਜੇ ਉਹਦੇ 'ਚ ਕੁਛ ਤਾਰਨਾ ਉਹ ਪਰੋਂ ਸਿੱਟ ਦਿੰਦਾ ਦੇਖ ਲਓ ਇਹ ਵਿੱਚ ਤੁਰੇ ਫਿਰਦੇ ਉਹਨੂੰ ਕੋਈ ਡਰ ਨਹੀਂ ਹੈ ਪੂਰੀ ਚਲੋ ਕੁਦਰਤ ਤੋਂ ਡਰਨਾ ਚਾਹੀਦਾ ਪਰ ਇਹਨਾਂ ਨੂੰ ਪਤਾ ਸਾਰਾ ਕੁਛ ਕਿਆ ਦੋ ਨਜ਼ਾਰਾ ਦੇਖ ਲਓ ਹੈ ਦੂਰ ਜੰਗਲ ਦਰਖਤ ਆ ਪਿੰਡ ਜਿਹਾ ਚੈੱਕ ਜੀ ਦੇਖੋ ਹੈ ਸਿਸਟਮ ਬੜਾ ਘੈਂਟ ਹੈ ਆਵਾਜ਼ ਆ ਰਹੀ ਆ ਇਹ ਕੁਛ ਲੱਗਾ ਹੋਇਆ ਬੂਟਾਂ 'ਤੇ ਉਹਦੀ ਸੋਹਣੀ ਜੀ ਆਵਾਜ਼ ਆ ਰਹੀ ਆ ਤੁਹਾਨੂੰ ਦਿਖਾਉਂਦਾ ਕਿ ਆਪਾਂ ਰੋਟੀ ਖਾਣ ਲੱਗੇ ਦੇਖਿਓ ਜੀ ਆਪਣਾ ਆਹ ਪੈ ਗਿਆ ਇਹਦੇ ਵਿੱਚ ਤਾਂ ਆਪਾਂ ਰੋਟੀ ਲਿਆਉਂਦੀ ਆ ਗੱਡੀ ਆਪਣੀ ਨਾ ਇਹੀ ਮੈਂ ਚਲਾਉਂਦਾ ਹੁੰਦਾ ਇਹਦੇ ਵਿੱਚ ਹੀ ਹੁੰਦਾ ਸਾਰਾ ਸਿਸਟਮ ਜਿੱਦਾਂ ਆਪਾਂ ਮੂਹਰੇ ਰੱਖ ਲਈ ਤੇ ਪਾਰਸਲ ਇੱਦਾਂ ਪਿੱਛੋਂ ਕੱਢ ਕੇ ਲਿਆਉਣੇ ਤਾਂ ਫਿਰ ਟਾਈਮ ਬਹੁਤ ਲੱਗਦਾ ਹੈ ਨਾ ਇਹ ਰਹਿ ਗਿਆ ਸੀਗਾ ਜਿਹੜਾ ਮੈਂ ਤੁਹਾਨੂੰ ਦੱਸਦਾ ਸੀ ਇਹਦੇ ਵਿੱਚ ਆਹ ਦੇਖੋ ਰੋਟੀ ਪੈਕ ਆਪਾਂ ਕਰਕੇ ਲਿਆਉਂਦੀ ਆ ਇੱਦਾਂ ਪਰਦੇਸਾਂ ਦੇ ਵਿੱਚ ਮਜਬੂਰੀਆਂ ਆਉਂਦੀਆਂ ਜੀ ਪਰਦੇਸ ਕੱਟਣਾ ਸੌਖਾ ਨਹੀਂ ਹੈਗਾ ਬਹੁਤ ਮਤਲਬ ਕਿ ਰੋਟੀ ਖਾਤਰ ਆਏ ਹਾਂ ਇੱਥੇ ਹੋਰ ਕੁਛ ਨਹੀਂ ਪਰਦੇਸ ਕੱਟਣਾ ਸੌਖਾ ਨਹੀਂ ਜੀ ਮੈਨੂੰ ਨਾ ਯਾਦ ਆ 2015 ਦੀ ਗੱਲ ਹੋਣੀ ਆ ਜੀ ਅਤੇ ਰੋਟੀ ਪਈ ਹੈ ਨਾ 2015 ਦੀ ਗੱਲ ਅਤੇ ਸਾਡੇ ਨਾ ਇੱਕ ਰਿਸ਼ਤੇਦਾਰ ਆਇਆ ਬੰਦਾ ਚਲੋ ਆਪਣੇ ਕੋਲ ਰਿਹਾ ਉਹ ਉਦੋਂ ਅਸੀਂ ਨਾ ਜਿੰਮ ਪਿੰਡ ਬਣਾਉਂਦੇ ਸੀ ਤਾਂ ਉਹ ਦੇਖ ਲਓ ਹੋਰ ਪਿੰਡ ਦਾ ਬੰਦਾ ਸੀ ਉਦਾਂ ਹੀ ਤਾਂ ਗੱਲ ਕਰਦੇ ਉਹਨੇ ਸਾਨੂੰ ਡੋਨੇਸ਼ਨ ਕੀਤੀ 5-6 ਹਜ਼ਾਰ ਰੁਪਈਆ ਮਤਲਬ ਉਹਨੇ ਸਾਨੂੰ ਦਿੱਤਾ ਜਿੰਮ ਖਾਤਰ ਅਤੇ ਉਦੋਂ ਚਲੋ ਮੈਨੂੰ ਇੰਨਾ ਨਹੀਂ ਸੀ ਪਤਾ ਹੈ ਨਾ ਚਲੋ ਠੀਕ ਹੈ ਪਰ ਉੱਦਾਂ ਮੈਨੂੰ ਹੁੰਦਾ ਸੀ ਕਿ ਯਾਰ ਪਰਦੇਸ ਕੱਟਣਾ ਉਹ ਇੰਨਾ ਮੈਨੂੰ ਪਤਾ ਨਹੀਂ ਉਹਨੇ ਮੈਨੂੰ ਇੱਕ ਗੱਲ ਕਹੀ ਮਿਲਣ ਲੱਗੇ ਕਹਿੰਦਾ ਪਰਦੇਸਾਂ ਦੇ ਮਾਮਲੇ ਬਹੁਤ ਔਖੇ ਹੁੰਦੇ ਅੱਜ ਮੈਨੂੰ ਚੇਤਾ ਆ ਰਿਹਾ ਕਿ ਹਾਂ ਵੀ ਪਰਦੇਸਾਂ ਦੇ ਮਾਮਲੇ ਵਾਕਈ ਔਖੇ ਹੁੰਦੇ ਬੰਦਾ ਆਪਣੇ ਭੈਣ ਭਰਾ ਮਾਂ ਪਿਓ ਯਾਰ ਦੋਸਤ ਤੂੰ ਕਿੰਨੇ ਦੂਰ ਰਹਿੰਦੇ ਹੈ ਨਾ ਆਹ ਦੇਖੋ ਜੀ ਇੱਦਾਂ ਮੈਂ ਜੰਗਲਾਂ 'ਚ ਬੈਠੇ ਆਪਾਂ ਕੋਈ ਇੱਥੇ ਗੱਡੀ ਦੇ ਵਿੱਚ ਇੱਥੇ ਹੀ ਜਿੱਥੇ ਜੀ ਕੀਤਾ ਆਪਾਂ ਮਤਲਬ ਜਿੱਥੇ ਟਾਈਮ ਲੱਗਾ ਰੋਟੀ ਖਾ ਲੈਣੀ ਨਹੀਂ ਕੋਈ ਕੋਈ ਸਪੈਸ਼ਲ ਉਸੇ ਤਾਂ ਗੱਡੀ ਦੇ ਵਿੱਚ ਚਲੋ ਬਹਿ ਕੇ ਆਪਾਂ ਰੋਟੀ ਖਾ ਲੈਣੀ ਹੈ ਨਾ ਆਪਣੇ ਹੁੰਦਾ ਜਿਹੜਾ ਉਹਨਾਂ ਨੇ ਦਿੱਤਾ ਆਪਾਂ ਨੂੰ ਇਹ ਨਾ ਇਹ ਡਿਵਾਈਸ ਕਹਿੰਦੇ ਆਪਾਂ ਮੋਬਾਈਲ ਕਹਿੰਦੇ ਡਿਵਾਈਸ ਕਹਿੰਦੇ ਆ ਇਹਦੇ ਵਿੱਚ ਆ ਜਿੱਦਾਂ ਹੁਣ ਆਪਾਂ ਇੱਥੋਂ ਜਿੱਥੇ ਅੱਗੇ ਜਾਣਾ ਹੈ ਨਾ ਮਤਲਬ 1 ਘੰਟਾ 11 ਮਿੰਟ ਦੀ ਵਾਟ ਆ ਬਹਿ ਕੇ ਜਾਣ ਨੂੰ ਜਿੱਥੇ ਹੈ ਨਾ ਅਤੇ ਰਾਹ ਦੇ ਵਿੱਚ ਆਪਾਂ ਕਿਸੇ ਬੰਦੇ ਦੀ ਹੈਲਪ ਕਰਵਾ ਕੇ ਫਿਰ ਜਾਣਾ ਹੈ ਨਾ ਬਹੁਤੇ ਬੰਦੇ ਸੋਚਦੇ ਸੀ ਕਿ ਕੰਮ ਕੀ ਕਰਦਾ ਆਪਾਂ ਬਸ ਆਹ ਕੰਮ ਕਰਦੇ ਹਾਂ ਵੀਰੇ ਆਣ ਕੇ ਸਾਰੇ ਕੰਮ ਕੀਤੇ ਸ਼ੁਰੂ 'ਚ ਜਦੋਂ ਕੰਮ ਨਹੀਂ ਸੀ ਮਿਲਦਾ ਹੁਣ ਤਾਂ ਹਰਿਆਲੀ ਹਰਿਆਲੀ ਹੋਈ ਹੈ ਜੀ ਹੋਰ ਮਹੀਨਾ ਹੈ ਪੱਤਾ ਚਿੱਟੇ ਹੋਣੇ ਸਾਰਾ ਕੁਛ ਸ਼ੁਰੂ ਦੇ ਵਿੱਚ ਕਲੀਨਿਕ ਦਾ ਕੰਮ ਵੀ ਕੀਤਾ ਹੁਣ ਮੈਂ ਕੀ ਤੁਹਾਨੂੰ ਦੱਸਾਂ ਕਲੀਨਿਕ ਦੇ ਵਿੱਚ ਕੀ ਕਰਨਾ ਪੈਂਦਾ ਬਾਥਰੂਮ ਵੀ ਸਾਫ਼ ਕੀਤੇ ਹੈ ਨਾ ਜੀ ਅਤੇ ਹੋਰ ਆਪਣੇ ਕੰਸਟਰਕਸ਼ਨ ਦਾ ਕੰਮ ਕੀਤਾ ਪਰ ਅਤੇ ਇੰਡੀਆ ਦੇ ਵਿੱਚ ਬੰਦੇ ਸੋਚਦੇ ਸੀ ਕਿ ਇਹ ਤੋਂ ਹੋਣਾ ਨਹੀਂ ਭਾਰਾ ਕੰਮ ਇੱਦਾਂ ਦੀ ਕੋਈ ਗੱਲ ਨਹੀਂ ਕਿ ਮੈਂ ਜਿਵੇਂ ਘੱਟ ਕੀਤਾ ਸੀ ਤਾਂ ਮੈਂ ਕਰ ਸਕਦਾ ਸੀ ਹੈ ਨਾ ਜੀ ਅਤੇ ਚਲੋ ਵਧੀਆ ਸਾਰਾ ਕੁਛ ਰੱਬ ਨੇ ਸੁਣ ਲਈ ਟਾਈਮ ਨਾਲ ਮੈਂ ਸਾਰਿਆਂ ਦੀ ਸੁਣਨੀ ਚਾਹੀਦੀ ਬਾਬਾ ਮੈਂ ਇਹੀ ਅਰਦਾਸਾਂ ਕਰਦਾ ਪਹਿਲੀ ਗੱਲ ਤਾਂ ਮੇਨ ਗੱਲ ਇਹ ਹੈ ਜੀ ਰੋਟੀ ਪਾਣੀ ਮਿਲਦਾ ਰਹੇ ਬੰਦੇ ਨੂੰ ਜੇ ਬੰਦੇ ਦਾ ਨਹੀਂ ਕਿਤੇ ਬਣਿਆ ਜੁੜਿਆ ਉਹਨੂੰ ਰੋਟੀ ਪਾਣੀ ਮਿਲਦਾ ਰਹੇ ਅਤੇ ਹੋਰ ਗੱਲਾਂ ਕੀ ਹੁੰਦੀਆਂ ਕਿ ਕਿਸੇ ਵੀ ਮਾਂ ਪਿਓ ਦਾ ਪੁੱਤ ਨਸ਼ੇ 'ਤੇ ਨਾ ਲੱਗਾ ਵੀ ਜਿੰਨਾ ਚਿਰ ਮਤਲਬ ਨਹੀਂ ਕੁਛ ਵੀ ਬਣਦਾ ਹੈ ਨਾ ਕਿ ਜੇ ਵਿਹਲਾ ਵੀ ਆ ਕਿ ਹਾਂ ਵੀ ਚਲੋ ਵੀ ਇਹ ਨਹੀਂ ਕਿ ਉਹ ਚੰਗੇ ਪਾਸੇ ਲੱਗਿਆ ਰਹੇ ਚਲੋ ਹੈ ਨਾ ਆਪਾਂ ਇਹ ਗੱਲਾਂ ਤਾਂ ਕਰਦੇ ਹਾਂ ਕਿ ਆਪਾਂ ਨੂੰ ਫਿਕਰ ਹੁੰਦਾ ਇਸ ਚੀਜ਼ ਦਾ ਕਿ ਸਾਨੂੰ ਅਸੀਂ ਤਾਂ ਇਹ ਚੀਜ਼ਾਂ ਦੇਖੀਆਂ ਹੋਈਆਂ ਖੁਦ ਇਹ ਹੁਣ ਜਿਵੇਂ ਕਹਿੰਦਾ ਖੁਦ ਦੇਖੇ ਕਿ ਖੈਰ ਆਪਾਂ ਵੀ ਕੁਛ ਨਸ਼ਾ ਪੱਤਾ ਕਰਦੇ ਨਹੀਂ ਇੱਦਾਂ ਦੀ ਗੱਲ ਨਹੀਂ ਚਲੋ ਚਿੱਟਾ ਚੁੱਟਾ ਜਿਹੜੀਆਂ ਚੀਜ਼ਾਂ ਇੱਦਾਂ ਦੀਆਂ ਗੱਲਾਂ ਕਰਦਾ ਨਹੀਂ ਹੋਰ ਹੈ ਨਾ
ਇਹ ਗੱਲਾਂ ਬਹੁਤ ਮਾੜੀਆਂ ਹੁੰਦੀਆਂ ਪਰ ਇਹਦੇ ਲਈ ਕੋਈ ਗੱਲ ਵੀ ਨਹੀਂ ਕਰ ਰਿਹਾ। ਦੇਖੋ ਜੀ ਹੁਣ ਦਰਖਤ ਆ ਰਾਹ ਜਾਂਦਾ ਆ, ਕੱਚਾ ਮਤਲਬ ਕੱਚਾ ਰਾਹ ਆ ਇਹ ਸਾਡੇ ਉੱਥੇ ਕੀ ਹੁੰਦਾ ਦੇਖ ਲਓ ਆ ਰਾਹ ਦੇ ਨਾਲ ਕਿੰਨਾ ਥਾਂ ਛੱਡਿਆ। ਹੁਣ ਮੈਂ ਗੱਲ ਆ ਗਈ ਉਸ ਮੁੱਦੇ ਵੱਲ ਨੂੰ ਆ ਗਿਆ ਮੈਂ ਨਾ, ਮੇਰੇ ਦਿਮਾਗ 'ਚ ਆ ਗਈ ਗੱਲ। ਸਾਡੇ ਹੁਣ ਉੱਥੇ ਕਿੰਨਾ ਰਾਹ ਆ ਜਿੰਨਾ ਇੰਨਾ ਹੀ ਆ, ਸਾਈਡਾਂ 'ਤੇ ਕੋਈ ਥਾਂ ਨਹੀਂ। ਇਹਨਾਂ ਨੇ ਸਪੈਸ਼ਲ ਛੱਡਿਆ ਹੋਇਆ ਜਿਨ੍ਹਾਂ ਦੇ ਘਰ ਹੋਣਗੇ ਲਾਗੇ ਜਾਂ ਜੋ ਵੀ ਨਾ, ਅਤੇ ਇਹ ਘਾਹ ਵੀ ਸਪੈਸ਼ਲ ਕੱਟਦੇ ਆ ਕਿ ਇੱਦਾਂ ਦੀ ਗੱਲ ਨਹੀਂ, ਭਾਵੇਂ ਆਲੇ ਦੁਆਲੇ ਜੰਗਲ ਹੀ ਆ। ਅਤੇ ਸਾਡੇ ਕੀ ਕੱਟ ਕਰਦੇ ਰਾਹ ਦੇ ਨਾਲ ਹੀ ਵੇਚ ਦਿੰਦੇ ਕੰਮ। ਫਿਰ ਜਦੋਂ ਕੋਈ ਦਰਖਤ ਬੂਟਾ ਲਾਉਣਾ ਹੁੰਦਾ, ਕੋਈ ਕਹੂ ਜੀ ਸਾਡੀ ਕੰਪੈਨ ਨਹੀਂ ਲੰਘਦੀ, ਕੋਈ ਕਹੂ ਜੀ ਸਾਡਾ ਟਰੈਕਟਰ ਨਹੀਂ ਲੰਘਦਾ, ਕੋਈ ਕਹੂ ਜੀ ਸਾਡਾ ਟਰੱਕ ਨਹੀਂ ਟਰਾਲੀ ਨਹੀਂ ਲੰਘਦੀ। ਹੁਣ ਮੈਂ ਤੁਹਾਨੂੰ ਦੱਸਦਾ ਆਪਣੇ ਸੰਦ ਸੇੜਿਆਂ ਤੋਂ ਇਹਨਾਂ ਕੋਲ ਦੁੱਗਣੇ ਤਿੱਗਣੇ ਸੰਦ ਸੇੜੇ ਆ ਜੀ, ਅਤੇ ਸਾਰਾ ਕੁਛ ਲੰਘਦਾ ਇੱਥੋਂ। ਕਿਉਂ ਲੰਘਦਾ ਜੀ ਉਹ ਦੇਖੋ ਜੀ, ਉਹ ਦੀਦੇ ਨਾ ਸਾਈਡਾਂ 'ਤੇ ਰਾਹ ਛੱਡੇ ਹੋਏ ਆ, ਇਹ ਚੱਕਰ ਆ, ਇਹ ਗੱਲਾਂ ਆ। ਇਹ ਤਾਂ ਕਰਕੇ ਫਿਰ ਦਰਖਤ ਵੀ ਲੱਗੇ ਆ, ਕੋਈ ਨੁਕਸਾਨ ਨਹੀਂ, ਭਾਵੇਂ ਇੱਥੋਂ ਕੰਪੈਨ ਛੱਡ ਕੇ ਇੱਥੋਂ ਜੀ ਟਰੱਕ ਵੀ ਲੰਘਦੇ ਆ, ਹੈ ਕਿ ਨਹੀਂ, ਬੜੇ ਵਧੀਆ ਲੰਘਦੇ ਆ। ਕਿਉਂ ਲੰਘਦੇ? ਇਹ ਚੀਜ਼ਾਂ ਆ, ਇਹ ਸਾਡੇ ਹੁਣ ਇਹ ਗੱਲਾਂ ਨਹੀਂ ਸੋਚਦਾ ਕੋਈ, ਇੱਥੇ ਆਣ ਕੇ ਸਾਰੇ ਫੋਲੋ ਕਰਦੇ, ਇੱਥੇ ਆਪਣੇ ਦੇਸ਼ ਨੂੰ ਕੋਈ ਨਹੀਂ ਸੋਚਦਾ ਜੀ। ਜੀ ਕੀ ਹਾਲ ਚਾਲ, ਠੀਕ ਆ ਸਾਰੇ? ਮੈਂ ਕਹਿਣਾ ਚਾਹੁੰਦਾ ਸੀ ਕਿ ਜਿੱਦਾਂ ਮੇਰਾ ਕੰਮ ਡਨ ਹੋ ਗਿਆ, ਮੇਰੇ ਕੋਲ ਜਿਹੜਾ ਹੁਣ ਲਾਸਟ 'ਤੇ ਸਟੋਪ ਸੀਗਾ ਉਹ ਜਿੱਥੇ ਮਤਲਬ ਮੈਂ ਖੜ੍ਹਾ ਆਇਆ ਇਸ ਟਾਈਮ, ਮਤਲਬ ਕਿ ਜਿੱਥੋਂ ਮੈਂ ਆਇਆ ਮੈਨੂੰ ਘੱਟੋ ਘੱਟ ਡੇਢ ਘੰਟਾ ਮੈਨੂੰ ਉੱਥੋਂ ਲੱਗਾ, ਡੇਢ ਕੁ ਸੌ ਕਿਲੋਮੀਟਰ ਹੋਣਾ ਰੱਖ ਲਓ। ਅਤੇ ਹੁਣ ਜਿਹੜਾ ਲਾਸਟ ਵਾਲਾ ਸਟੋਪ ਸੀ ਇਕੱਲਾ ਇਹ ਹੀ ਸੀ, ਜਾਂ ਦੋ ਚਾਰ ਹੋਰ ਹੁੰਦੇ ਫਿਰ ਤਾਂ ਕੋਈ ਚੱਕਰ ਨਹੀਂ ਸੀ। ਇੱਥੋਂ ਮੈਨੂੰ ਡੇਢ ਘੰਟਾ ਹੋਰ ਲੱਗਣਾ ਸੀ ਅੱਗੇ ਜਾਣ ਨੂੰ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਸੀ, ਮੇਰੇ ਕੋਲ ਵਾਧੂ ਟਾਈਮ ਸੀ, ਮੈਂ ਲਾ ਸਕਦਾ ਸੀ। ਪਰ ਆਪਾਂ ਨੂੰ ਕੰਪਨੀ ਵਾਲਿਆਂ ਨੇ ਕਹਿ ਦਿੱਤਾ ਕਿ ਤੂੰ ਵਾਪਸ ਆ ਜਾ, ਸਾਡੇ ਲਾਗੇ ਇੱਕ ਹੋਰ ਏਰੀਆ ਮਤਲਬ ਜਿੱਧਰ ਨੂੰ ਮੈਂ ਜਾਣਾ ਵਾਪਸ ਉਹਦੇ ਰਾਹ 'ਚ ਹੀ, ਕਿ ਉੱਥੇ ਆ ਜਾ ਤੂੰ, ਕਿ ਉੱਥੇ ਤੂੰ ਆਉਣ ਆਣ ਕੇ ਹੈਲਪ ਕਰਾ ਦੇ। ਜਿੱਦਾਂ ਜਿਹਦੇ ਕੋਲ ਕਈਆਂ ਕੋਲ ਜ਼ਿਆਦਾ ਸਟੋਪ ਹੁੰਦੇ ਨਾ, ਵੀ ਉਹ ਹੈਲਪ ਕਰਾਉਣੀ ਪੈਂਦੀ ਆ। ਹਾਂ ਫਿਰ ਮੈਂ ਸੋਚਿਆ ਵੀ ਚਲੋ ਹਾਲੇ ਟਾਈਮ ਹੈਗਾ, ਮੈਂ ਰੋਟੀ ਖਾ ਲਵਾਂ। ਫਿਰ ਮੈਂ ਤੁਹਾਨੂੰ ਮੇਨ ਗੱਲ ਜਿਹੜੀ ਦਿਖਾਉਣੀ ਸੀਗੀ, ਹੁਣ ਮੈਂ ਦਿਖਾਉਂਦਾ ਤੁਹਾਨੂੰ ਮੇਨ ਗੱਲ ਕਿ ਆਪਾਂ ਇੰਡੀਆ ਦੇ ਵਿੱਚ ਚਲੋ ਜਿੱਦਾਂ ਵੀ ਮਰਜ਼ੀ ਸੀ ਰੋਟੀ ਜਦੋਂ ਜੀ ਕਰਦਾ ਖਾ ਲੈਂਦੇ ਸੀ, ਜਿੱਦਾਂ ਮਰਜ਼ੀ ਹੈ ਨਾ, ਕੋਈ ਇਹ ਨਹੀਂ ਹੁੰਦਾ ਸੀ ਜੇ ਨਖਰੇ ਕਰਦਾ ਬੰਦਾ ਕਿ ਹਾਂ ਵੀ ਤੱਤੀ ਆ ਠੰਡੀ ਆ ਜੋ ਵੀ ਹੈ ਨਾ। ਇੱਥੇ ਦੇਖ ਲਓ ਤੁਸੀਂ, ਆਪਾਂ ਆ ਗੱਡੀ 'ਚ ਬੈਠਾ ਮੈਂ, ਆਪਣੇ ਛੋਟਾ ਜਿਹਾ ਟਰੱਕ ਹੁੰਦਾ ਇਹ ਐਮਾਜੋਨ ਵਾਲਿਆਂ ਦਾ, ਗੱਡੀ ਵੈਨ, ਅਤੇ ਬੈਠਾ। ਚਲੋ ਵਧੀਆ ਸਿਸਟਮ ਹੈ, ਉੱਦਾਂ ਇਹ ਨਹੀਂ ਗੱਲ ਹੈਗੀ, ਗੱਡੀ 'ਚ ਬੈਠਾ ਅਤੇ ਆਪਾਂ ਉਹ ਹੁਣ ਲਿਆਂਦਾ ਆਪਣੇ ਬੈਗ ਨਾਲ ਛੋਟਾ ਜਿਹਾ, ਉਹਦੇ 'ਚ ਰੋਟੀ ਪਈ ਆ, ਆਪਾਂ ਹੁਣ ਇੱਦਾਂ ਇੱਦਾਂ ਬਸ ਆ ਖਾ ਲੈਣੀ ਹੈ ਨਾ। ਇੱਥੇ ਮੈਂ ਤੁਹਾਨੂੰ ਡਬਲ ਪਰਲੇ ਪਾਸੇ ਕੈਮਰਾ ਹੋਣਾ ਨਹੀਂ, ਮੈਂ ਤੁਹਾਨੂੰ ਦੱਸਦਾ ਇੱਥੇ ਆਪਾਂ ਜੰਗਲ ਜਿਹਾ 'ਚ ਖੜ੍ਹੇ ਹਾਂ, ਇੱਥੇ ਆਪਾਂ ਗੱਡੀ ਸਾਈਡ 'ਤੇ ਲਾਈ ਆ, ਇੱਦੀ ਗੱਡੀ 'ਚ ਖਾ ਲੈਣੀ ਆ। ਇੰਡੀਆ ਦੇ ਵਿੱਚ ਆਪਾਂ ਇਹ ਚੀਜ਼ ਨੋਟ ਕਰੇ ਕੀਤੀ ਹੋਣੀ, ਜੇ ਮੰਨ ਲਓ ਆਪਾਂ ਕਿਸੇ ਖਾਤਿਆਂ 'ਚ ਵੀ ਕੰਮ ਕਰਦੇ ਹਾਂ ਜਾਂ ਕਿਤੇ ਵੀ ਕੰਮ ਕਰਦੇ ਹਾਂ, ਆਪਾਂ ਫਿਰ ਵੀ ਜੱਟ ਜ਼ਿਮੀਂਦਾਰ ਜਿਹੜੇ ਬੰਦੇ ਆਪਾਂ ਦੇਖਿਆ ਹੋਣਾ, ਇਹਨੇ ਨੇ ਅੱਡਾ ਕੱਡੇ 'ਤੇ ਲਿਜਾ ਕੇ ਆਪਣੇ ਖੂਹ 'ਤੇ, ਜੇ ਕਿਤੇ ਕੰਪੈਨ ਵੀ ਲੱਗੀ ਕੁਛ ਵੀ ਲੱਗਾ ਜਿੱਦਾਂ ਜੋ ਵੀ ਆਪਾਂ ਕੰਮ ਕਰਦੇ, ਖੂਹ 'ਤੇ ਬਹਿ ਕੇ ਰੋਟੀ ਖਾਂਦੇ ਨਾ। ਚਲੋ ਜੇ ਗੱਡੀ 'ਚ ਵਧੀਆ ਸਾਫ਼ ਸੁਥਰਾ ਏਰੀਆ ਆ, ਰੋਟੀ ਫਿਰ ਵੀ ਅਲੱਗ ਘਰੋਂ ਲਿਆਉਂਦਾ ਤੱਤੀ ਐਨ ਵਧੀਆ ਰੋਟੀ ਹੁੰਦੀ ਨਾ, ਫਿਰ ਵੀ ਚਲੋ ਇੱਥੇ ਰੋਟੀ ਇੱਥੇ ਮਾੜੀ ਨਹੀਂ ਖਾਈਦੀ, ਪਰ ਇੱਦਾਂ ਤੱਤੀ ਠੰਡੀ ਦਾ ਜ਼ਰੂਰ ਹੋਊਗਾ, ਪਰ ਰੋਟੀ ਨਹੀਂ ਮਾੜੀ ਖਾਈਦੀ। ਅਗਲਾ ਨਾਲ ਲਹਿੰਦੀ ਲਹਿੰਦੀ ਲਿਆਉਂਦਾ ਕਿ ਹਾਂ ਵੀ ਬੰਦੇ ਲੱਗੇ ਰੋਟੀ, ਇੱਥੇ ਦੇਖ ਲਓ। ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਜੀ, ਪਰ ਇਹ ਨਹੀਂ ਕਈ ਬੰਦੇ ਹੁਣ ਮੈਨੂੰ ਗਿਆਨ ਦੇਣਗੇ ਇੰਡੀਆ 'ਚ ਤੂੰ ਹੈ ਨਾ, ਬਈ ਆਪਾਂ ਇੰਡੀਆ ਦੇ ਵਿੱਚ ਵੀ ਕਦਰ ਕਰਦੇ ਸੀ, ਇਹ ਨਹੀਂ ਗੱਲ ਹੈਗੀ। ਮੈਂ ਇੰਡੀਆ ਦੇ ਵਿੱਚ ਭਾਵਾਂ ਜੋ ਮਰਜ਼ੀ ਸੀ, ਮੈਂ ਸ਼ਰਮ ਨਹੀਂ ਕਦੀ ਵੀ ਕੀਤੀ। ਸ਼ਾਇਦ ਮੇਰੇ ਪਿੰਡ ਵਾਲਿਆਂ ਨੂੰ ਪਤਾ ਹੋਊਗਾ, ਕਈ ਬੰਦਿਆਂ ਨਹੀਂ ਪਤਾ, ਕਹਿਣਾ ਖਰਾ ਮੈਂ ਫੁਕਰੀ ਮਾਰਨ ਲੱਗਾ, ਫੁਕਰੀ ਨਹੀਂ ਵੀਰ ਜੀ, ਮੈਂ ਪੰਚ ਵੀ ਬਣ ਗਿਆ ਸੀ, ਮੈਂ ਪੰਚ ਬਣਨ ਤੋਂ ਬਾਅਦ ਵੀ ਕੰਮ ਕੀਤਾ ਕੰਢੇ 'ਤੇ, ਮੇਰੇ ਦੋਸਤ ਦਾ ਕੰਢਾ ਸੀ ਜਿੱਥੇ ਮੈਂ ਕੰਮ ਕਰਦਾ ਹੁੰਦਾ ਸੀ, ਉੱਥੇ ਮੈਂ ਕੰਮ ਕੀਤਾ, ਬਾਅਦ 'ਚੋਂ ਵੀ ਕੀਤਾ, ਭਾਵੇਂ ਥੋੜ੍ਹਾ ਚਿਰ ਹੀ ਕੀਤਾ, ਪਰ ਮੈਂ ਜ਼ਰੂਰ ਕੀਤਾ। ਨਹੀਂ ਤਾਂ ਅੱਜ ਕੱਲ੍ਹ ਤੁਸੀਂ ਕਿਸੇ ਨੂੰ ਵੀ ਦੇਖ ਲਿਓ, ਕੋਈ ਵੀ ਬੰਦਾ ਹੋਵੇ, ਮੈਂ ਕਹਿੰਦਾ ਮਾੜਾ ਜਿਹਾ ਕੋਈ ਹੈ ਨਾ, ਤੁਸੀਂ ਕਰ ਦਿਓ ਤਾਂ ਅਗਲੇ 'ਤੇ ਅੱਡੀਆਂ ਹਵਾ 'ਚ ਹੋ ਜਾਂਦੀਆਂ ਜੀ, ਇਹ ਗੱਲ ਨੋਟ ਕਰਿਓ। ਹਾਂ ਇਹ ਜ਼ਰੂਰ ਚੀਜ਼ਾਂ, ਪਰ ਇਹ ਨਹੀਂ ਚਾਹੀਦੀ, ਕਦਰ ਕਰਨੀ ਚਾਹੀਦੀ ਸਮੇਂ ਦੀ ਅਤੇ ਬੰਦੇ ਦੀ, ਇਹ ਬਹੁਤ ਚੀਜ਼ਾਂ ਵਧੀਆ ਚੀਜ਼ਾਂ ਕੀਮਤੀ ਚੀਜ਼ਾਂ ਹੁੰਦੀਆਂ ਜੀ।
ਲਓ ਜੀ ਹੁਣ ਕਰਨ ਲੱਗੇ ਹਾਂ ਵਲੌਗ ਦਾ ਐਂਡ ਆਪਾਂ ਅੱਜ ਗਏ ਸੀ ਬਾਬੇ ਰਾਜਾ ਸਾਹਿਬ ਦੇ ਅਤੇ ਮੈਨੂੰ ਪਤਾ ਨਹੀਂ ਸੀ ਮੇਲਾ ਚਾਚੇ ਵੀ ਨਹੀਂ ਕਿਹਾ ਵੀ ਚੱਲ ਉੱਧਰ ਜਾਣਾ ਫਿਰ ਉੱਧਰ ਸੀਗਾ ਪਲੈਨ ਸਾਰਾ ਹੋ ਗਿਆ ਚੇਂਜ ਬਾਕੀ ਥੋੜ੍ਹੀਆਂ ਕਲਿੱਪਾਂ ਤੁਸੀਂ ਦੇਖੋਗੇ ਬਾਹਰਲੀਆਂ ਵੀ ਆਈਆਂ ਕੈਨੇਡਾ ਦੀਆਂ ਮਿੱਤਰ ਆਪਣੇ ਨੇ ਭੇਜੀਆਂ ਉਹ ਵੀ ਵਿੱਚ ਲਾਵਾਂਗੇ ਅਤੇ ਤੁਸੀਂ ਫਿਰ ਦੇਖਿਓ ਅਤੇ ਮੈਨੂੰ ਦੱਸਿਓ ਵਲੌਗ ਕਿੱਦਾਂ ਦਾ ਲੱਗਾ ਓਕੇ ਜੀ।